ਸਪੈਸ਼ਲ ਨਿਊਜ਼ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਹਿਮ ਖਬਰਾਂ ਦੀ। ਪੰਜਾਬ ਦਾ ਬਜਟ ਇਜਲਾਸ ਸ਼ੁਰੂ ਹੋਇਆ, ਉਹਦੇ ਵਿੱਚ ਕੀ ਕੁਛ ਹੋਇਆ ਹੈ, ਕੋਰੋਨਾ ਦਾ ਟੀਕਾ ਲੱਗਣਾ ਵੀ ਸ਼ੁਰੂ ਹੋ ਗਿਆ ਹੈ, ਉਸ ਨੂੰ ਲੈ ਕੇ ਕੀ ਅਪਡੇਟਸ ਨੇ ਸਾਰੀਆਂ ਤੁਹਾਨੂੰ ਦੱਸਦੇ ਹਾਂ। ਅਤੇ ਪਹਿਲਾਂ ਬਜਟ ਇਜਲਾਸ ਦੀ ਹੀ ਗੱਲ ਕਰਾਂਗੇ ਕਿ ਉਹਦੇ ਵਿੱਚ ਸਿਆਸੀ ਲੀਡਰਾਂ ਨੇ ਕੀ ਕੀ ਡਰਾਮੇ ਕੀਤੇ, ਸਿਆਸੀ ਪਾਰਟੀਆਂ ਨੇ ਕਿਵੇਂ ਕਿਵੇਂ ਆਪਣੀ ਸਿਆਸਤ ਨੂੰ ਚਮਕਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਮੁੱਦੇ ਗਾਇਬ ਹੀ ਹੋ ਕੇ ਰਹਿ ਜਾਂਦੇ ਨੇ ਜਦੋਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਲੋਕਾਂ ਦੇ ਮੁੱਦਿਆਂ ਦੇ ਨਾਮ ਦੇ ਉੱਤੇ ਡਰਾਮਾ ਕਰਦੀਆਂ ਨੇ। ਇਜਲਾਸ ਦਾ ਕੁਛ ਨਹੀਂ ਨਿਕਲਦਾ, ਇਜਲਾਸ ਹੈ ਜਿਹੜਾ ਮੁਲਤਵੀ ਹੋ ਕੇ ਰਹਿ ਜਾਂਦਾ। ਬਜਟ ਇਜਲਾਸ ਦਾ ਪਹਿਲਾ ਦਿਨ ਸੀ, 1 ਮਾਰਚ ਨੂੰ ਬਜਟ ਇਜਲਾਸ ਸ਼ੁਰੂ ਹੋਇਆ, 10 ਮਾਰਚ ਤੱਕ ਚੱਲੇਗਾ। ਬਜਟ ਸੈਸ਼ਨ ਜਿਵੇਂ ਹੀ ਸ਼ੁਰੂ ਹੋਇਆ, ਉਸ ਦੇ ਸ਼ੁਰੂ ਹੁੰਦਿਆਂ ਹੀ ਤਿੰਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਪਹਿਲਾਂ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਦੇ ਵਿਧਾਇਕ ਪੈਟਰੋਲ ਤੇ ਡੀਜ਼ਲ ਦੇ ਵਧੇ ਭਾਅ ਦੇ ਵਿਰੋਧ ਵਿੱਚ ਸਾਈਕਲਾਂ ਤੇ ਵਿਧਾਨ ਸਭਾ ਪਹੁੰਚੇ। ਆਪ ਵਿਧਾਇਕਾਂ ਨੇ ਕਾਂਗਰਸ ਸਰਕਾਰ ਦੇ ਖਿਲਾਫ ਕਥਿਤ ਝੂਠੇ ਵਾਅਦਿਆਂ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਰਾਜਪਾਲ ਦਾ ਭਾਸ਼ਣ ਸ਼ੁਰੂ ਹੋਣ ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਅਕਾਲੀ ਵਿਧਾਇਕਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਗਵਰਨਰ ਵਾਪਸ ਜਾਓ ਦੇ ਨਾਅਰੇ ਲਾਏ। ਵਿਰੋਧੀ ਮੈਂਬਰਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਸੋਧ ਬਿੱਲ ਰਾਸ਼ਟਰਪਤੀ ਨੂੰ ਨਾ ਭੇਜਣ ਦੇ ਲਈ ਰਾਜਪਾਲ ਦੀ ਨਿਖੇਧੀ ਕੀਤੀ। ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਸਮੇਤ ਕਾਂਗਰਸ ਦੇ 40 ਵਿਧਾਇਕ ਸਦਨ ਦੇ ਵਿੱਚ ਮੌਜੂਦ ਸਨ। ਜਿਵੇਂ ਹੀ ਰਾਜਪਾਲ ਨੇ ਬੋਲਣਾ ਸ਼ੁਰੂ ਕੀਤਾ, ਅਕਾਲੀ ਨਾਅਰੇ ਲਾਉਣ ਲੱਗੇ। ਅਕਾਲੀ ਵਿਧਾਇਕ ਰਾਜਪਾਲ ਖਿਲਾਫ ਨਾਅਰੇ ਲਾਉਂਦੇ ਹੋਏ ਵੈਲ ਆਫ ਦਾ ਹਾਊਸ ਤੱਕ ਪਹੁੰਚ ਗਏ ਸੀ। ਤੇਲ ਕੀਮਤਾਂ ਵਿੱਚ ਵਾਧੇ ਦਾ ਵਿਰੋਧ ਆਮ ਆਦਮੀ ਪਾਰਟੀ ਨੇ ਕੀਤਾ ਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਵਿਰੋਧ ਹੈ ਜਿਹੜਾ ਉਹ ਦੋਵਾਂ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਨੇ ਕੀਤਾ। ਤੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਚੰਡੀਗੜ੍ਹ ਦੇ ਵਿੱਚ ਖਾਸਾ ਰੌਲਾ ਰੱਪਾ ਦੇਖਣ ਨੂੰ ਮਿਲਿਆ। ਪੰਜਾਬ ਵਿਧਾਨ ਸਭਾ ਵੱਲ ਕੂਚ ਕਰ ਰਹੇ ਅਕਾਲੀ ਦਲ ਦੇ ਵਰਕਰਾਂ ਤੇ ਪਾਣੀ ਦੀਆਂ ਵਿਛਾੜਾਂ ਵੀ ਚੰਡੀਗੜ੍ਹ ਪੁਲਿਸ ਨੇ ਕੀਤੀਆਂ। ਅਕਾਲੀ ਦਲ ਦੀ ਅਗਵਾਈ ਹੈ ਜਿਹੜੀ ਉਹ ਸੁਖਬੀਰ ਬਾਦਲ ਖੁਦ ਕਰ ਰਹੇ ਸੀ। ਅਕਾਲੀ ਦਲ ਨੇ ਜਿੱਥੇ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਵਾਕਆਊਟ ਕੀਤਾ, ਉੱਥੇ ਅਕਾਲੀ ਵਰਕਰ ਸੜਕਾਂ ਉੱਤੇ ਵੀ ਉਤਰੇ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਹਿਲਾਂ ਚੰਡੀਗੜ੍ਹ ਦੇ ਸੈਕਟਰ 25 ਦੇ ਰੈਲੀ ਗਰਾਊਂਡ ਦੇ ਵਿੱਚ ਅਕਾਲੀ ਦਲ ਨੇ ਵੱਡੀ ਰੈਲੀ ਕੀਤੀ। ਰੈਲੀ ਤੋਂ ਬਾਅਦ ਜਿਵੇਂ ਹੀ ਅਕਾਲੀ ਵਰਕਰਾਂ ਨੇ ਵਿਧਾਨ ਸਭਾ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਉੱਥੇ ਹੀ ਰੋਕ ਲਿਆ। ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸੀ। ਬੈਰੀਕੇਡਿੰਗ ਨਾਲ ਅਕਾਲੀ ਵਰਕਰਾਂ ਨੂੰ ਰੋਕ ਲਿਆ ਗਿਆ। ਹਾਲਾਂਕਿ ਬੈਰੀਕੇਡਿੰਗ ਨੂੰ ਤੋੜਨ ਦੇ ਲਈ ਖਾਸੀ ਜਿਹੜੀ ਉੱਥੇ ਗਹਿਮਾ ਗਹਿਮੀ ਹੋਈ, ਖਾਸੀ ਧੱਕਾ ਮੁੱਕੀ ਹੋਈ। ਅਕਾਲੀ ਵਰਕਰ ਨੇ ਜਿਹੜੇ ਤੇ ਲੀਡਰ ਨੇ ਜਿਹੜੇ ਉਹ ਲਗਾਤਾਰ ਬੈਰੀਕੇਡਿੰਗ ਤੋੜਨ ਦੀ ਜਦੋਂ ਕੋਸ਼ਿਸ਼ ਕਰਨ ਲੱਗੇ ਤਾਂ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਵਿਛਾੜਾਂ ਛੱਡ ਦਿੱਤੀਆਂ। ਕੁਝ ਅਕਾਲੀ ਲੀਡਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ। ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂ ਮਾਜਰਾ, ਐਨਕੇ ਸ਼ਰਮਾ ਸਣੇ ਦਰਜਨਾਂ ਅਕਾਲੀ ਲੀਡਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਕੋਈ ਇੱਕ ਵੀ ਪੂਰਾ ਨਹੀਂ ਕੀਤਾ ਗਿਆ। ਸੈਕਟਰ 17 ਦੇ ਥਾਣੇ ਵਿੱਚ ਜਦੋਂ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤਾਂ ਉਹਨਾਂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਤੇ ਪਾਣੀ ਦੀਆਂ ਵਿਛਾੜਾਂ ਸੁੱਟਣਾ ਲੋਕਤੰਤਰ ਦਾ ਘਾਣ ਹੈ। ਨਾਲ ਹੀ ਸੁਖਬੀਰ ਨੇ ਕੈਪਟਨ ਸਰਕਾਰ ਦੇ 4 ਸਾਲਾਂ ਦਾ ਹਿਸਾਬ ਮੰਗਦਿਆਂ ਹੋਇਆ ਕਿਹਾ ਕਿ ਕੈਪਟਨ ਸਰਕਾਰ ਖਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ ਜਾਰੀ ਰਹੇਗਾ। ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਾਅਰੇਬਾਜ਼ੀ ਕੀਤੀ, ਪੰਜਾਬ ਸਰਕਾਰ ਦੇ ਖਿਲਾਫ਼ ਕਿਸਾਨ ਵਿਰੋਧੀ ਸਰਕਾਰ ਹੋਣ ਦਾ ਇਲਜ਼ਾਮ ਲਾਇਆ। ਹਰਪਾਲ ਚੀਮਾ ਨੇ ਰਾਜਪਾਲ ਦੇ ਭਾਸ਼ਣ ਤੇ ਇਤਰਾਜ਼ ਵੀ ਜਤਾਇਆ। ਹਰਪਾਲ ਚੀਮਾ ਨੇ ਕਿਹਾ, ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਵੀ ਨੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ, ਉਹਨਾਂ ਨੇ ਕਿਹਾ ਕਿ ਰਾਜਪਾਲ ਨੇ ਆਪਣੇ ਭਾਸ਼ਣ ਦਾ ਉਹ ਹਿੱਸਾ ਛੱਡ ਦਿੱਤਾ ਜਿਹਦੇ ਵਿੱਚ ਖੇਤੀ ਕਾਨੂੰਨਾਂ ਦਾ ਜ਼ਿਕਰ ਸੀ। ਇੱਥੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਵਿੱਚ ਬੀਜੇਪੀ ਦੇ ਲਈ ਕੀ ਕੰਮ ਕੀਤਾ। ਸੋ ਇਹ ਤਾਂ ਸੀ ਬਜਟ ਇਜਲਾਸ ਦੇ ਅੰਦਰਲੇ ਤੇ ਬਾਹਰਲੇ ਰੌਲੇ ਰੱਪੇ ਦੀ ਗੱਲ, ਤੇ ਹੁਣ ਤੁਹਾਨੂੰ ਚੰਡੀਗੜ੍ਹ ਦੇ ਇੱਕ ਹੋਰ ਰੌਲੇ ਦੀ ਵੀ ਗੱਲ ਦੱਸ ਦਿੰਦੇ ਹਾਂ, ਜਿੱਥੇ ਪੰਜਾਬ ਕਾਂਗਰਸ ਨੇ ਮਹਿੰਗਾਈ ਖਿਲਾਫ਼ ਵੀ ਰੋਸ ਪ੍ਰਦਰਸ਼ਨ ਕੀਤਾ। ਦੇਸ਼ ਦੇ ਵਿੱਚ ਵੱਧ ਰਹੀ ਮਹਿੰਗਾਈ ਦੇ ਖਿਲਾਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਰਾਜ ਭਵਨ ਦੇ ਘਿਰਾਓ ਲਈ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਕਾਂਗਰਸੀ ਲੀਡਰ ਪੰਜਾਬ ਦੇ MLA ਹੋਸਟਲ ਮੂਹਰੇ ਇਕੱਠੇ ਹੋਏ ਤੇ ਰੋਸ ਪ੍ਰਦਰਸ਼ਨ ਕਰਦਿਆਂ ਅੱਗੇ ਵਧਣ ਲੱਗੇ, ਜਿਨ੍ਹਾਂ ਨੂੰ ਪੁਲਿਸ ਨੇ ਬੈਰੀਕੇਡ ਲਾ ਕੇ ਰੋਕ ਦਿੱਤਾ। ਸੁਨੀਲ ਜਾਖੜ ਨੇ ਤੇਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਸੰਬੰਧੀ ਕੇਂਦਰ ਸਰਕਾਰ ਦੀ ਲੋਕ ਵਿਰੋਧੀ ਸੋਚ ਦੀ ਨਿੰਦਿਆ ਕੀਤੀ। ਇਸ ਮੌਕੇ ਕਾਂਗਰਸੀਆਂ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ਖੇਤੀ ਕਾਨੂੰਨਾਂ ਖਿਲਾਫ਼ ਮਤਾ ਪਾਸ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਨੇ ਰਾਸ਼ਟਰਪਤੀ
ਕੋਲ ਨਹੀਂ ਭੇਜਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਲੀਡਰ ਹਾਜ਼ਰ ਸਨ। ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸੁਨੀਲ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਹੰਕਾਰ ਬੋਲਦਾ ਹੈ। ਮੋਦੀ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਨੇ। ਮੋਦੀ ਨੇ ਮੰਚ ਤੋਂ ਸਸਤੇ ਪੈਟਰੋਲ ਡੀਜ਼ਲ ਦਾ ਵਾਅਦਾ ਕੀਤਾ ਸੀ। 2008 ਦੇ ਵਿੱਚ ਕੱਚੇ ਤੇਲ ਦੇ ਭਾਅ ਇੰਟਰਨੈਸ਼ਨਲ ਬਾਜ਼ਾਰ ਵਿੱਚ $147 ਸੀ। ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਗਰੀਬ ਦੇ ਘਰ ਸਿਲੰਡਰ ਨਹੀਂ ਹੈ। ਬੀਜੇਪੀ ਸਰਕਾਰ 'ਚ ਤੇਲ ਦੇ ਭਾਅ ਕਈ ਗੁਣਾ ਵੱਧ ਗਏ ਨੇ। ਲੋਕਾਂ ਨੂੰ ਹੁਣ ਡਾਕਟਰ ਮਨਮੋਹਨ ਸਿੰਘ ਯਾਦ ਆਉਣ ਲੱਗੇ ਨੇ। 5 ਲੱਖ ਕਿਸਾਨ ਸਿੰਘੂ ਬਾਰਡਰ ਤੇ ਬੈਠੇ ਨੇ। ਸਿੰਘੂ ਬਾਰਡਰ ਤੇ ਪੰਜਾਬ ਦੇ ਸਿੰਘ ਬੈਠੇ ਨੇ, ਹਰਿਆਣਾ ਦੇ ਛੋਟੇ ਭਰਾ ਬੈਠੇ ਨੇ, ਪਰ ਮੋਦੀ ਮੋਹਰਾਂ ਨੂੰ ਚੋਗਾ ਪਾ ਰਹੇ ਨੇ। ਇਸ ਮੌਕੇ ਜਾਖੜ ਨੇ ਬੀਬੀਆਂ ਨੂੰ ਵੀ ਬੇਨਤੀ ਕੀਤੀ, ਕਿਹਾ ਕਿ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਜਦੋਂ ਉਹਨਾਂ ਦੇ ਗੈਸ ਸਿਲੰਡਰ ਖਤਮ ਹੋ ਜਾਣ ਤਾਂ ਉਸ ਦਿਨ ਉਹ ਤਰੀਕ ਨੀਯਤ ਕਰਕੇ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੇ ਮੋਦੀ ਸਰਕਾਰ ਦੇ ਖਿਲਾਫ਼ ਆਪਣੇ ਸਿਲੰਡਰ ਖੜਕਾਉਣ। ਮੋਦੀ ਦੇ ਕੰਨਾਂ ਤੱਕ ਆਵਾਜ਼ ਜ਼ਰੂਰ ਪਹੁੰਚੇ ਕਿ ਸਾਡੇ ਤੋਂ ਇਹ ਮਹਿੰਗਾ ਸਿਲੰਡਰ ਨਹੀਂ ਖਰੀਦਿਆ ਜਾਂਦਾ। ਤੁਸੀਂ ਹਿੰਦੁਸਤਾਨ ਆਪਣੇ ਮਿੱਤਰਾਂ ਨੂੰ ਲੁਟਾ ਦਿੱਤਾ ਤੇ ਤੁਸੀਂ ਹਿੰਦੁਸਤਾਨ ਆਪਣੇ ਮਿੱਤਰਾਂ ਤੋਂ ਲੁਟਾ ਦਿੱਤਾ। ਆਪਣੇ ਚਹੇਤਿਆਂ ਨੂੰ ਬਚਾਉਣ ਵਾਸਤੇ ਗਰੀਬਾਂ ਤੇ ਬੋਝ ਨਾ ਪਾਓ। ਸੁਨੀਲ ਜਾਖੜ ਨੇ ਸਿਲੰਡਰ ਨੂੰ ਬਾਹਾਂ ਤੇ ਚੁੱਕ ਕੇ ਪ੍ਰਦਰਸ਼ਨ ਕੀਤਾ ਤੇ ਦੱਸਿਆ ਕਿ ਇਸ ਸਿਲੰਡਰ ਦੀਆਂ ਕੀਮਤਾਂ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ, ਗਰੀਬਾਂ ਦੀ ਪਹੁੰਚ ਤੋਂ ਇਹ ਦੂਰ ਹੋ ਗਿਆ। 800 ਤੋਂ ਵੱਧ ਦਾ ਸਿਲੰਡਰ ਲੋਕਾਂ ਤੋਂ ਨਹੀਂ ਖਰੀਦਿਆ ਜਾਂਦਾ। ਤੇ ਜੇ ਕਿਸਾਨਾਂ ਦੇ ਬਜਟ ਇਜਲਾਸ ਦੇ ਉੱਤੇ ਰਿਐਕਸ਼ਨ ਦੀ ਗੱਲ ਕਰ ਲਈਏ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਸਰਵਣ ਸਿੰਘ ਪੰਧੇਰ ਨੇ ਇਸ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਆਖਰੀ ਬਜਟ ਹੈ। ਇਸ ਵਿੱਚ ਵੇਖਣਾ ਹੋਏਗਾ ਕਿ ਕੀ ਪੰਜਾਬ ਸਰਕਾਰ ਸਾਰਾ ਕਰਜ਼ਾ ਕਿਸਾਨਾਂ ਦਾ ਮਾਫ਼ ਕਰਦੀ ਹੈ ਜਾਂ ਫਿਰ ਨਹੀਂ ਕਰਦੀ। ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਬਜਟ ਵਿੱਚ ਕਿੰਨਾ ਪੈਸਾ ਰੱਖਿਆ ਜਾਏਗਾ ਇਹ ਵੀ ਅਸੀਂ ਵੇਖਾਂਗੇ। ਪੰਜਾਬ ਸਰਕਾਰ ਕਿਹੜੀਆਂ ਫਸਲਾਂ ਨੂੰ ਵਧੀਆ ਭਾਅ ਦੇਣ ਨੂੰ ਤਿਆਰ ਹੈ ਇਹ ਪੰਜਾਬ ਦੇ ਬਜਟ ਵਿੱਚ ਅਸੀਂ ਦੇਖਾਂਗੇ। ਸਿਹਤ ਸਹੂਲਤਾਂ, ਦੁੱਧ ਉਤਪਾਦਨ, ਸਿੱਖਿਆ ਖੇਤਰ, ਨਸ਼ਿਆਂ ਦੀ ਰੋਕਥਾਮ ਲਈ ਬਜਟ ਵਿੱਚ ਕੀ ਕੈਪਟਨ ਦੀ ਸਰਕਾਰ ਰੱਖੇਗੀ, ਬੇਰੁਜ਼ਗਾਰ ਨੂੰ ₹2500 ਰਾਹਤ ਦੇਣ ਦੇ ਲਈ ਬਜਟ ਵਿੱਚ ਕੀ ਦਿੱਤਾ ਜਾਊਗਾ ਇਹ ਸਭ ਅਸੀਂ ਦੇਖਾਂਗੇ। ਇਹ ਕਿਹਾ ਸਰਵਣ ਪੰਧੇਰ ਨੇ ਕਿ ਜੇ ਇਹ ਸਭ ਕੁਛ ਬਜਟ ਦੇ ਵਿੱਚ ਨਾ ਹੋਇਆ ਤਾਂ ਇਹ ਕੈਪਟਨ ਦੀ ਸਰਕਾਰ ਦਾ ਪੰਜਾਬ 'ਚ ਆਖਰੀ ਬਜਟ ਹੋਏਗਾ। ਜ਼ਾਹਿਰ ਤੌਰ 'ਤੇ 2022 ਦੇ ਵਿੱਚ ਵਿਧਾਨ ਸਭਾ ਚੋਣ ਹੋਣ ਵਾਲੀ ਹੈ। ਕੈਪਟਨ ਸਾਹਿਬ ਦੀ ਸਰਕਾਰ ਦਾ ਇਹ ਇਸ ਕਾਰਜਕਾਲ ਦਾ ਆਖਰੀ ਬਜਟ ਹੈ। ਹੋ ਸਕਦਾ ਹੈ ਕਿ ਵੋਟਰਾਂ ਨੂੰ ਲੁਭਾਉਣ ਦੇ ਲਈ ਇਸ ਬਜਟ ਦੇ ਪਿਟਾਰੇ ਦੇ ਵਿੱਚੋਂ ਕਾਫੀ ਕੁਛ ਨਿਕਲ ਵੀ ਆਵੇ, ਪਰ ਸਰਕਾਰ ਹੈ ਜਿਹੜੀ ਉਹ ਖਜ਼ਾਨਾ ਖਾਲੀ ਹੋਣ ਦਾ ਰੋਣਾ ਵੀ ਰੋ ਸਕਦੀ ਹੈ। ਪੰਧੇਰ ਨੇ 5 ਮਾਰਚ ਨੂੰ ਹਜ਼ਾਰਾਂ ਟਰੈਕਟਰ ਟਰਾਲੀਆਂ ਸਮੇਤ ਲੋਕਾਂ ਦਾ ਇੱਕ ਹੋਰ ਜਥਾ ਦਿੱਲੀ ਨੂੰ ਕੂਚ ਕਰਨ ਦਾ ਐਲਾਨ ਵੀ ਕੀਤਾ ਹੈ। ਸੋ ਕਿਸਾਨ ਲੀਡਰ ਕਹਿ ਰਹੇ ਨੇ ਕਿ ਇਹ ਆਖਰੀ ਬਜਟ ਹੋਏਗਾ ਕੈਪਟਨ ਸਰਕਾਰ ਦਾ, ਪਰ ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਵਾਂ ਐਲਾਨ ਕਰ ਦਿੱਤਾ ਹੈ। ਚੋਣਾਂ ਜਿਤਾਉਣ ਦੇ ਲਈ ਦੇਸ਼ ਦਾ ਮਸ਼ਹੂਰ ਜਾਦੂਗਰ ਜਿਸਨੂੰ ਕਿਹਾ ਜਾਂਦਾ ਹੈ ਪ੍ਰਸ਼ਾਂਤ ਕਿਸ਼ੋਰ, ਉਸਨੂੰ ਕੈਪਟਨ ਦਾ ਸਿਆਸੀ ਸਲਾਹਕਾਰ ਲਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਦੇ ਜਰਨੈਲ ਥਾਪ ਦਿੱਤੇ ਗਏ ਨੇ ਤੇ ਰਣਨੀਤੀਕਾਰ ਨੇ ਅਹਿਮ ਜ਼ਿੰਮੇਵਾਰੀ ਸੰਭਾਲ ਲਈ ਹੈ। 2022 ਦੀ ਚੋਣ ਲੜਾਈ ਜਿੱਤਣ ਲਈ ਕੈਪਟਨ ਸਰਕਾਰ ਨੇ ਤਿਆਰੀ ਹੁਣ ਸ਼ੁਰੂ ਕਰ ਦਿੱਤੀ ਹੈ। ਇੱਕ ਸਾਲ ਪਹਿਲਾਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਸਰਕਾਰ ਨੇ ਪ੍ਰਸਿੱਧ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕੁਮਾਰ ਨੂੰ ਆਪਣਾ ਪ੍ਰਿੰਸੀਪਲ ਚੋਣ ਸਲਾਹਕਾਰ ਨਿਯੁਕਤ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਪਿਛਲੀ ਚੋਣ 2017 ਦੀ ਚੋਣ ਦੇ ਵਿੱਚ ਵੀ ਕੈਪਟਨ ਦੀ ਪਾਰਟੀ ਦੇ ਨਾਲ ਸੀ, ਯਾਨੀ ਕਿ ਪੰਜਾਬ ਕਾਂਗਰਸ ਦੇ ਨਾਲ ਸੀ। ਜਦੋਂ ਉਹ ਵਕਤ ਸੀ ਜਦੋਂ 2017 ਦੇ ਵਿੱਚ ਲੋਕਾਂ ਨੇ ਵੱਡੀਆਂ ਵੱਡੀਆਂ ਸ਼ਰਤਾਂ ਵੀ ਲਾਈਆਂ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਬਹੁਤ ਸਾਰੇ ਲੋਕ, ਜ਼ਿਆਦਾਤਰ ਲੋਕ ਮੰਨਦੇ ਸੀ ਕਿ ਆਮ ਆਦਮੀ ਪਾਰਟੀ ਹੀ ਪੰਜਾਬ 'ਚ ਸੱਤਾ ਸਾਂਭੇਗੀ, ਪਰ ਉਸਦੇ ਐਨ ਉਲਟ ਕਾਂਗਰਸ ਨੇ ਸਰਕਾਰ ਬਣਾਈ ਸੀ, ਉਹ ਵੀ ਬਹੁਤ ਵੱਡੇ ਫਰਕ ਦੇ ਨਾਲ। ਹਾਲਾਂਕਿ ਆਮ ਆਦਮੀ ਪਾਰਟੀ ਦੂਜੇ ਨੰਬਰ ਦੀ ਪਾਰਟੀ ਜ਼ਰੂਰ ਬਣ ਗਈ ਸੀ। 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਜਿੱਤ ਦਰਜ ਕੀਤੀ ਤਾਂ ਹੁਣ 2022 ਦੇ ਵਿੱਚ ਵੀ ਕਾਂਗਰਸ ਸਰਕਾਰ ਰਿਪੀਟ ਕਰ ਸਕਦੀ ਹੈ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਤੱਕ ਜਿੱਥੇ ਜਿੱਥੇ ਵੀ ਕਮਾਨ ਸਾਂਭੀ ਹੈ ਉੱਥੇ ਉੱਥੇ ਉਸੇ ਪਾਰਟੀ ਦੀ ਸਰਕਾਰ ਬਣਦੀ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਇੱਕ ਭਾਰਤੀ ਸਿਆਸੀ ਸਲਾਹਕਾਰ ਹੈ। ਪ੍ਰਸ਼ਾਂਤ ਕਿਸ਼ੋਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਨੂੰ 2014 ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਪੂਰਨ ਬਹੁਮਤ ਜਿਤਾਉਣ ਦੇ ਵਿੱਚ ਸਹਾਈ ਹੋਇਆ ਸੀ। 2015 ਵਿੱਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਮੋਦੀ ਦੇ ਕੱਟੜ ਵਿਰੋਧੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮਿਲ ਕੇ ਪ੍ਰਸ਼ਾਂਤ ਕਿਸ਼ੋਰ ਨੇ ਕੰਮ ਕੀਤਾ ਤੇ ਮਹਾਂਗਠਜੋੜ ਦੀ ਮਦਦ ਨਾਲ ਬੀਜੇਪੀ ਦੇ ਗਠਜੋੜ ਨੂੰ 178 ਸੀਟਾਂ ਦੇ ਮੁਕਾਬਲੇ 58 ਦੇ ਵੱਡੇ ਫਰਕ ਨਾਲ ਹਰਾ ਦਿੱਤਾ ਸੀ। ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ 2022 ਦੀ ਸਿਆਸੀ ਜੰਗ ਦੇ ਲਈ ਵੀ ਪ੍ਰਸ਼ਾਂਤ ਕਿਸ਼ੋਰ ਦੇ ਦਮ ਤੇ ਸਿਆਸੀ ਪਾਰੀ ਖੇਡਣਾ ਚਾਹੁੰਦੇ ਨੇ। ਹਾਲਾਂਕਿ ਪਹਿਲਾਂ ਚੋਣ ਪ੍ਰਚਾਰ ਦੇ ਲਈ ਰਣਨੀਤੀਕਾਰ ਵਜੋਂ ਕੰਮ ਕਰਨ ਤੋਂ ਪ੍ਰਸ਼ਾਂਤ ਕਿਸ਼ੋਰ ਨੇ ਇਨਕਾਰ ਕਰ ਦਿੱਤਾ ਸੀ, ਪਰ ਹੁਣ ਆਖਿਰਕਾਰ ਉਹ ਮੰਨ ਗਏ ਨੇ।
प्रशांत किशोर का सिक्का सिर्फ बीजेपी की सरकार बनाने या फिर पंजाब दे विच कांग्रेस की सरकार बनाने दे विच ही नहीं चलिया सी बल्कि दिल्ली दे विच आम आदमी पार्टी के प्रचार के लिए भी प्रशांत किशोर ने अहम भूमिका अदा की सी जिसकी बदौलत दिल्ली विच आम आदमी पार्टी ने लगातार दूजी बारी धमाकेदार जित हासिल की सी। दिल्ली विधानसभा चोणों तो बाद आम आदमी पार्टी के कौमी प्रधान अरविंद केजरीवाल नाल प्रशांत किशोर की 2022 पंजाब विधानसभा चोणों नूं लैके समझौता होया सी। इस लई प्रशांत किशोर ने 2022 विच कैप्टन दा साथ देने तो इनकार भी कर दिता सी पर हुण बाजी पलट गई है। कैप्टन दे हत्थां दे विच प्रशांत किशोर चले गए ने 2022 दीआं चोणां दे लई ते हुण कैप्टन लगदा है कि काफ़ी हुण वड्डे हौसले दे नाल पूरी कांग्रेस पार्टी आपां कह सकदे हां कि 2022 दीआं चोणां जितेगी। जदों बीजेपी आखरी साहां ते सी तां प्रशांत ने ही साह फूके सी। 2014 दीआं लोक सभा चोणां विच बीजेपी दे मोदी दी अगवाई विच बनी सरकार ने वड्डी जित हासिल कीती सी। उस वक्त प्रशांत किशोर ने भी देश पद्धर ते बीजेपी दे लई चोण रणनीति बनाई सी। हालांकि उस तों बाद प्रशांत किशोर ते बीजेपी कदे भी एक प्लेटफॉर्म ते नहीं दिखे। टीएमसी दी प्रधान ते पछमी बंगाल दी मुख्यमंत्री ममता बैनर्जी ने भी प्रशांत किशोर नूं विधानसभा चोणां दे लई रणनीतिकार दे वजों नियुक्त कीता है ते प्रशांत किशोर इस मुल्क दा सब तो महंगा सियासी सलाहकार है जिहड़ा उह मन्निया जांदा है। पर प्रशांत किशोर दी जिहड़ी स्टडी हुंदी है ग्राउंड लैवल ते जाके किसे भी सूबे दे विच जां पूरे मुल्क दे विच चोणां नूं लैके उह लगभग 99.99% सही हुंदी है। मुख्यमंत्री कैप्टन अमरिंदर सिंह ने भी चोण रणनीतिकार वजों नियुक्ति करन ते खुशी दा इजहार कीता है। कैप्टन ने कहा कि मैनू इह गल सांझी करदिआं खुशी हो रही है कि प्रशांत किशोर ने मेरे प्रिंसिपल चोण रणनीतिकार दे वजों सेवा सांभ लई है। कैप्टन ने कहा कि लोक भलाई लई असीं मिल के काम करन लई आसवंद आ। बैबल कलां गोलीकांड दे नाल जुड़ी हुई अहम खबर है। इस विच नामजद पंजाब दा साबका डीजीपी सुमेध सैणी अते आईजी परमराज सिंह उमरा नंगल ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਇਹਨਾਂ ਦੋਵਾਂ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀ ਤੇ ਰੋਕ ਲਾ ਕੇ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਨੇ। ਵਿਸ਼ੇਸ਼ ਜਾਂਚ ਟੀਮ ਨੇ 15 ਜਨਵਰੀ ਨੂੰ ਪਰਮਰਾਜ ਸਿੰਘ ਉਮਰਾ ਨੰਗਲ ਅਤੇ ਸੁਮੇਧ ਸੈਣੀ ਖਿਲਾਫ਼ ਬੈਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਫਰੀਦਕੋਟ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ ਪਰ ਹੁਣ ਦੋਵਾਂ ਨੂੰ ਉੱਚ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ, ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ। ਪੀਐਸਸੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੱਤੀ ਹੈ ਕਿ 15 ਹੋਰ ਕਿਸਾਨਾਂ ਦੀ ਜ਼ਮਾਨਤ ਹੋ ਚੁੱਕੀ ਹੈ ਜਿਹੜੇ ਕਿ ਜਲਦੀ ਹੀ ਰਿਹਾ ਹੋ ਜਾਣਗੇ। ਇਹਨਾਂ ਵਿੱਚੋਂ 12 ਕਿਸਾਨ ਨਾਂਗਲੋਈ ਦੀ FIR ਦੇ ਅੰਦਰ ਤੇ 3 ਲੋਕ ਨਜ਼ਫਗੜ੍ਹ ਦੀ FIR ਵਿੱਚ ਗ੍ਰਿਫਤਾਰ ਕੀਤੇ ਗਏ ਸੀ। ਜਿਹੜੇ ਜਿਨ੍ਹਾਂ ਨੂੰ ਜ਼ਮਾਨਤ ਮਿਲੀ ਹੈ ਉਹਨਾਂ ਦੇ ਨਾਮ ਰਣਜੀਤ ਸਿੰਘ, ਜਗਦੀਸ਼ ਸਿੰਘ, ਭਾਗ ਸਿੰਘ, ਨਵਨੀਤ ਸਿੰਘ, ਬਲਦੀਰ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ, ਜਸਵੰਤ ਸਿੰਘ, ਰਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਇਹਨਾਂ ਨੂੰ ਜ਼ਮਾਨਤ ਮਿਲੀ ਹੈ ਅਤੇ 3 ਹੋਰ ਕਿਸਾਨ ਦਇਆ ਕਿਸ਼ਨ, ਅਨਿਲ ਕੁਮਾਰ ਅਤੇ ਜਗਬੀਰ ਸਿੰਘ ਨੂੰ ਨਜ਼ਫਗੜ੍ਹ ਦੇ ਵਿੱਚੋਂ ਜ਼ਮਾਨਤ ਮਿਲੀ ਹੈ। ਬਾਕੀ ਜਿਹੜੇ 12 ਨੇ ਉਹਨਾਂ ਨੂੰ ਨਾਂਗਲੋਈ ਦੇ ਵਿੱਚੋਂ ਜ਼ਮਾਨਤ ਮਿਲੀ ਹੈ। ਡੀਐਸਸੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਮੈਨੂੰ ਦੀਪ ਸਿੱਧੂ ਦਾ ਹਾਲ ਚਾਲ ਪੁੱਛਣ ਦੇ ਵਾਸਤੇ ਫੋਨ ਕੀਤਾ ਸੀ ਅਤੇ ਮੈਂ ਤੁਹਾਨੂੰ ਸਭ ਨੂੰ ਅਪਡੇਟ ਕਰਨਾ ਚਾਹੁੰਦਾ ਕਿ ਜਿਸ ਦਿਨ ਸਿੱਧੂ ਨੂੰ ਰਿਮਾਂਡ ਦਿੱਤਾ ਗਿਆ ਸੀ ਮੈਂ ਉਸ ਦੇ ਨਾਲ ਇੱਕ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ। ਬਿਲਕੁਲ ਠੀਕ ਹੈ, ਸਿਹਤ ਪੱਖੋਂ ਵੀ ਠੀਕ ਹੈ ਅਤੇ ਮਾਨਸਿਕ ਪੱਖੋਂ ਵੀ ਠੀਕ ਹੈ। ਮੈਂ ਦੀਪ ਸਿੱਧੂ ਨੂੰ ਵਿਸ਼ਵਾਸ ਦਵਾਇਆ ਕਿ DSGMC ਦੀਪ ਸਿੱਧੂ ਨੂੰ ਵੀ ਸਾਰੀ ਕਾਨੂੰਨੀ ਸਹਾਇਤਾ ਦੇਵੇਗਾ ਅਤੇ ਸੁਨਿਸ਼ਚਿਤ ਕਰੇਗਾ ਕਿ ਉਹ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਏਗਾ। ਦਰਅਸਲ ਗਣਤੰਤਰ ਦਿਵਸ ਹਿੰਸਾ ਮਾਮਲੇ ਤੇ 26 ਜਨਵਰੀ ਦੀ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਮੁੱਖ ਮੁਲਜ਼ਮ ਮੰਨਿਆ ਹੈ ਅਤੇ ਦੀਪ ਸਿੱਧੂ ਨੇ ਜੇਲ੍ਹ ਵਿੱਚ ਸੁਰੱਖਿਆ ਦੇ ਲਈ ਜਿਹੜੀ ਅਰਜ਼ੀ ਪਾਈ ਸੀ ਉਹ ਵੀ ਵਾਪਸ ਲੈ ਲਈ ਹੈ ਕਿਉਂਕਿ ਇਸ ਨੂੰ ਜੇਲ੍ਹ ਵਿਚਲੇ ਵੱਖਰੇ ਸੈੱਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। 23 ਫਰਵਰੀ ਨੂੰ ਅਦਾਲਤ ਨੇ ਦੀਪ ਸਿੱਧੂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਸੀ। ਸੋ ਉਸ ਬਾਰੇ ਹੁਣ DSGMC ਪ੍ਰਧਾਨ ਦੀ ਜਾਣਕਾਰੀ ਦੇ ਮੁਤਾਬਿਕ ਦੀਪ ਸਿੱਧੂ ਜੇਲ੍ਹ ਦੇ ਵਿੱਚ ਬਿਲਕੁਲ ਠੀਕ ਹੈ ਅਤੇ DSGMC ਦੇ ਵੱਲੋਂ ਦੀਪ ਸਿੱਧੂ ਨੂੰ ਵੀ ਕਾਨੂੰਨੀ ਸਹਾਇਤਾ ਦਿੱਤੀ ਜਾਏਗੀ। DSGMC ਦੇ ਵੱਲੋਂ ਲਗਾਤਾਰ ਆਪਣੇ ਲੀਗਲ ਸੈੱਲ ਦੇ ਰਾਹੀਂ ਜਿਹੜੇ ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ ਨੇ ਉਹਨਾਂ ਦੀ ਰਿਹਾਈ ਦੇ ਲਈ, ਉਹਨਾਂ ਦੀ ਜ਼ਮਾਨਤ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਕੋਸ਼ਿਸ਼ਾਂ ਦੇ ਸਦਕਾ ਲਗਾਤਾਰ ਕਿਸਾਨ ਜ਼ਮਾਨਤ ਦੇ ਉੱਤੇ ਰਿਹਾ ਵੀ ਹੋ ਰਹੇ ਨੇ। ਟਿੱਕਰੀ ਬਾਰਡਰ ਤੇ ਔਰਤਾਂ ਦੀ ਜਿਹੜੀ ਮਹਾਰੈਲੀ ਹੋਣੀ ਹੈ ਉਸ ਸੰਬੰਧ ਵਿੱਚ ਭੋਤਨਾ ਪਿੰਡ ਵਿੱਚ ਲਾਮਬੰਦੀ ਮੀਟਿੰਗ ਵੀ ਕੀਤੀ ਗਈ।
8 मार्च ਨੂੰ ਕੌਮਾਂਤਰੀ ਔਰਤ ਦਿਹਾੜੇ ਮੌਕੇ ਦਿੱਲੀ ਦੇ ਟਿੱਕਰੀ ਬਾਰਡਰ ਤੇ ਵਿਸ਼ਾਲ ਔਰਤ ਮਹਾਰੈਲੀ ਕੀਤੀ ਜਾ ਰਹੀ ਹੈ ਉਸ ਦੀਆਂ ਤਿਆਰੀਆਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਬਰਨਾਲਾ ਦੇ ਪਿੰਡ ਭੋਤਨਾ ਦੇ ਵਿੱਚ ਲਾਮਬੰਦੀ ਲਈ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਇਹ ਵੀ ਐਲਾਨ ਕੀਤਾ ਗਿਆ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੇ ਵੱਲੋਂ ਕਿ ਇਸ ਮਹਾਰੈਲੀ ਵਿੱਚ ਪੰਜਾਬ ਚੋਂ ਹਜ਼ਾਰਾਂ ਔਰਤਾਂ ਦੇ ਕਾਫਲੇ 7 ਮਾਰਚ ਨੂੰ ਦਿੱਲੀ ਨੂੰ ਕੂਚ ਕਰਨਗੇ ਜਿਸ ਦੀਆਂ ਤਿਆਰੀਆਂ ਵਿੱਢ ਲਈਆਂ ਗਈਆਂ ਨੇ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਕਹਿ ਰਹੇ ਨੇ ਕਿ ਸਰਕਾਰ ਦੀ ਚੁੱਪੀ ਹੈ ਜਿਹੜੀ ਉਹ ਕਿਸਾਨ ਅੰਦੋਲਨ ਦੇ ਖਿਲਾਫ ਕਾਰਵਾਈ ਦਾ ਸੰਕੇਤ ਹੈ। ਟਿਕੈਤ ਨੇ ਦੋਸ਼ ਲਾਇਆ ਕਿ ਬੀਤੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਨੇ ਚੁੱਪੀ ਵੱਟ ਰੱਖੀ ਹੈ ਜਿਹੜੀ ਸੰਕੇਤ ਦੇ ਰਹੀ ਹੈ ਕਿ ਸਰਕਾਰ ਕਿਸਾਨ ਅੰਦੋਲਨ ਦੇ ਖਿਲਾਫ ਕੋਈ ਨਾ ਕੋਈ ਰਣਨੀਤੀ ਕੋਈ ਨਾ ਕੋਈ ਪਲਾਨ ਬਣਾ ਰਹੀ ਹੈ। ਸਰਕਾਰ ਤੇ ਕਿਸਾਨ ਲੀਡਰਾਂ ਦੇ ਵਿਚਾਲੇ ਗੱਲਬਾਤ ਰੁਕਣ ਬਾਰੇ ਟਿਕੈਤ ਨੇ ਕਿਹਾ ਕਿ ਮੁੜ ਗੱਲਬਾਤ ਦੀ ਪੇਸ਼ਕਸ਼ ਸਰਕਾਰ ਨੂੰ ਹੀ ਕਰਨੀ ਪਵੇਗੀ। ਹਾਲਾਂਕਿ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਜ਼ੁਬਾਨੀ ਤੌਰ ਤੇ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ, ਸਰਕਾਰ ਕਿਸਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ, ਪਰ ਪਹਿਲਾਂ ਸਾਡੀ ਪੇਸ਼ਕਸ਼ ਕਿਸਾਨ ਮੰਨਣ। ਟਿਕੈਤ ਨੇ ਇਹ ਵੀ ਸਾਫ ਕੀਤਾ ਕਿ ਹੱਲ ਨਿਕਲਣ ਤੱਕ ਕਿਸਾਨ ਵਾਪਸ ਘਰਾਂ ਨੂੰ ਨਹੀਂ ਜਾਣਗੇ। ਕਿਸਾਨ ਵੀ ਤਿਆਰ ਹੈ, ਉਹ ਖੇਤੀ ਵੀ ਦੇਖੇਗਾ ਤੇ ਅੰਦੋਲਨ ਵੀ ਕਰੇਗਾ। ਸਰਕਾਰ ਨੂੰ ਜਦੋਂ ਸਮਾਂ ਹੋਵੇ ਸਾਡੇ ਨਾਲ ਗੱਲਬਾਤ ਕਰ ਲਵੇ। ਡੇਰਾ ਸਿਰਸਾ ਦਾ ਬਲਾਤਕਾਰੀ ਤੇ ਕਾਤਲ ਮੁਖੀ ਜਿਹੜਾ ਹਰਿਆਣੇ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ ਪਿਛਲੇ 3 ਸਾਲਾਂ ਤੋਂ, ਉਹ ਵੀ ਕਿਸਾਨੀ ਅੰਦੋਲਨ ਦੇ ਵਿੱਚ ਆਪਣੇ ਲਈ ਜਿਹੜੀ ਕੋਈ ਨਾ ਕੋਈ ਪ੍ਰਸਿੱਧੀ ਵਟੋਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਰਾਮ ਰਹੀਮ ਨੇ ਜੇਲ੍ਹ ਤੋਂ ਇੱਕ ਚਿੱਠੀ ਲਿਖੀ ਹੈ। ਚਿੱਠੀ ਵਿੱਚ ਰਾਮ ਰਹੀਮ ਨੇ ਲਿਖਿਆ ਕਿ ਦੇਸ਼ ਦੇ ਅੰਨਦਾਤਾ ਤੇ ਦੇਸ਼ ਦੇ ਰਾਜੇ ਵਿਚਾਲੇ ਜੋ ਵਿਵਾਦ ਚੱਲ ਰਿਹਾ ਹੈ, ਪਰਮਾਤਮਾ ਉਹਨਾਂ ਦੋਵਾਂ ਨੂੰ ਰਾਹ ਦਿਖਾਏ ਤਾਂ ਜੋ ਦੇਸ਼ ਜੋ ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ ਉਹ ਤਰੱਕੀ ਦੇ ਰਾਹ ਪੈ ਕੇ ਇੱਕਜੁੱਟ ਹੋ ਕੇ ਅੱਗੇ ਵਧੇ। ਇਹ ਚਿੱਠੀ ਰਾਮ ਰਹੀਮ ਨੇ 23 ਫਰਵਰੀ ਨੂੰ ਜੇਲ੍ਹ ਚੋਂ ਲਿਖੀ ਸੀ ਤੇ ਇਹ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਡੇਰਾ ਮੁਖੀ ਵੱਲੋਂ ਭੇਜੀ ਚਿੱਠੀ ਤੇ ਜੇਲ੍ਹ ਪ੍ਰਸ਼ਾਸਨ ਦੀ 26 ਫਰਵਰੀ ਦੀ ਮੋਹਰ ਹੈ। ਚਿੱਠੀ ਵਿੱਚ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਨੇ ਆਪਣੀ ਮਾਂ ਨੂੰ ਸਮੇਂ ਸਿਰ ਦਵਾਈਆਂ ਲੈਣ ਦੀ ਸਲਾਹ ਦਿੱਤੀ ਹੈ। ਇਹ ਵੀ ਕਿਹਾ ਕਿ ਮੈਂ ਜਲਦੀ ਆ ਕੇ ਤੁਹਾਡਾ ਪੂਰਾ ਇਲਾਜ ਕਰਾਵਾਂਗਾ। ਡੇਰਾ ਮੁਖੀ ਨੇ ਵੀ ਲਿਖਿਆ ਕਿ ਸਤਿਗੁਰੂ ਰਾਮ ਜੋ ਵੀ ਕਰਦੇ ਨੇ ਉਹ 100% ਠੀਕ ਕਰਦੇ ਨੇ, ਕਰਨਗੇ ਵੀ 100% ਠੀਕ। ਬਰਨਾਲਾ ਤੋਂ ਖਬਰ ਹੈ ਜਿੱਥੇ ਕਿਸਾਨਾਂ ਦੇ ਹੱਕ ਵਿੱਚ ਸਾਬਕਾ ਸੈਨਿਕਾਂ ਨੇ ਰਾਸ਼ਟਰਪਤੀ ਨੂੰ ਮੈਡਲ ਵਾਪਸ ਮੋੜ ਦਿੱਤੇ ਨੇ। ਪੰਜਾਬ ਦਾ ਫੌਜੀ ਵਿੰਗ ਹੈ ਜਿਹੜਾ ਉਹ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਸਮਰਥਨ ਦੇ ਰਿਹਾ ਹੈ। ਬਰਨਾਲਾ ਵਿੱਚ ਅਕਾਲੀ ਦਲ ਫੌਜੀ ਵਿੰਗ ਪੰਜਾਬ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਵੱਡੀ ਗਿਣਤੀ ਵਿੱਚ ਫੌਜੀਆਂ ਵੱਲੋਂ ਲਿਆਂਦੇ ਗਏ ਮੈਡਲਾਂ ਨੂੰ ਕੋਰੀਅਰ ਲਿਫਾਫੇ ਦੇ ਵਿੱਚ ਬੰਦ ਕਰਕੇ ਰਾਸ਼ਟਰਪਤੀ ਭਵਨ ਨੂੰ ਭੇਜ ਦਿੱਤਾ ਹੈ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਾਬਕਾ ਫੌਜੀ ਆਪਣੇ ਮੈਡਲ ਲੈ ਕੇ ਬਰਨਾਲਾ ਪਹੁੰਚੇ ਤੇ ਪ੍ਰਧਾਨ ਗੁਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੇਸ਼ ਦਾ ਕਿਸਾਨ ਮਜ਼ਦੂਰ ਅਤੇ ਹਰ ਮਿਹਨਤਕਸ਼ ਵਰਗ ਹੈ ਜਿਹੜਾ ਉਹ ਦਿੱਲੀ ਬਾਰਡਰਾਂ ਤੇ ਬੈਠਾ ਹੈ, ਪਰ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਤੇ ਦੇਸ਼ ਦਾ ਜਵਾਨ ਇੱਕਜੁੱਟ ਹੈ, ਜੇਕਰ ਕਿਸਾਨ ਸੜਕਾਂ ਉੱਤੇ ਹੈ ਤਾਂ ਦੇਸ਼ ਦਾ ਜਵਾਨ ਆਪਣੇ ਮੈਡਲ ਵਾਪਸ ਕਰਕੇ ਕੇਂਦਰ ਸਰਕਾਰ ਨੂੰ ਰੋਸ ਜਿਤਾਏਗਾ। ਤੇ ਉਹਨਾਂ ਨੇ ਪੰਜਾਬ ਦੇ 3,80,000 ਸਾਬਕਾ ਸੈਨਿਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਵੀ ਆਪਣੇ ਸਾਰੇ ਮੈਡਲ ਜਲਦੀ ਤੋਂ ਜਲਦੀ ਦੇਸ਼ ਦੇ ਰਾਸ਼ਟਰਪਤੀ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਵਾਪਸ ਕਰ ਦੇਣ। ਪੰਜਾਬ ਦੀਆਂ ਖਬਰਾਂ ਦੇ ਵਿੱਚ ਇੱਕ ਖਬਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਆਈ, ਜਿੱਥੇ 28 ਫਰਵਰੀ ਦੀ ਸ਼ਾਮ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਇੱਕ ਔਰਤ ਨੇ ਛਾਲ ਮਾਰ ਦਿੱਤੀ, ਜਿਸ ਨੂੰ ਤੁਰੰਤ SGPC ਦੇ ਸੇਵਾਦਾਰਾਂ ਨੇ ਸਰੋਵਰ ਵਿੱਚੋਂ ਬਾਹਰ ਕੱਢ ਕੇ ਬਚਾ ਲਿਆ। ਦਰਬਾਰ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਰੋਵਰ 'ਚ ਛਾਲ ਮਾਰਨ ਵਾਲੀ ਕੋਟ ਖਾਲਸਾ ਦੀ ਔਰਤ ਦਿਮਾਗੀ ਤੌਰ ਤੇ ਪਰੇਸ਼ਾਨ ਸੀ, ਜਿਸ ਨੂੰ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀ ਜਿਹੜੀ ਖਬਰ ਵਾਇਰਲ ਹੋਈ ਹੈ, ਜਿਸ ਵਿੱਚ ਕਿਹਾ ਜਾ ਰਿਹਾ ਕਿ ਔਰਤ ਸਰੋਵਰ ਵਿੱਚ ਡਿੱਗ ਪਈ ਹੈ, ਪਰ ਉਸ ਔਰਤ ਨੂੰ ਸਹੀ ਸਲਾਮਤ ਬਚਾ ਲਿਆ ਗਿਆ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੇ ਭਾਰਤ ਦੀਆਂ। ਪੂਰੇ ਭਾਰਤ ਦੇ ਵਿੱਚ ਕੋਰੋਨਾ ਵੈਕਸੀਨ ਦੇ ਦੂਸਰੇ ਪੜਾਅ ਦੀ ਸ਼ੁਰੂਆਤ 1 ਮਾਰਚ ਤੋਂ ਹੋ ਚੁੱਕੀ ਹੈ ਅਤੇ ਇਸ ਪੜਾਅ ਦੀ ਸ਼ੁਰੂਆਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਟੀਕਾ ਲਵਾਇਆ ਹੈ, ਕਿਉਂਕਿ ਭਾਰਤ ਨੇ ਸਿਹਤ ਸੰਭਾਲ ਤੇ ਫਰੰਟਲਾਈਨ ਕਰਮਚਾਰੀਆਂ ਨੂੰ ਪਹਿਲੀ ਖੁਰਾਕ ਦੇਣ ਤੋਂ ਬਾਅਦ 1 ਮਾਰਚ ਤੋਂ ਵੱਡੀ ਉਮਰ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 60 ਸਾਲ ਤੋਂ ਵੱਧ ਉਮਰ ਦੇ ਨੇ। ਪ੍ਰਧਾਨ ਮੰਤਰੀ ਨੇ ਟੀਕਾ ਲਵਾਉਣ ਤੋਂ ਬਾਅਦ ਟਵੀਟ ਕੀਤਾ ਕਿ ਏਮਸ ਦੇ ਵਿੱਚ ਆਪਣੀ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਮੈਂ ਲੈ ਲਈ ਹੈ। ਕਮਾਲ ਦੀ ਗੱਲ ਹੈ ਕਿ ਕੋਵਿਡ-19 ਦੇ ਖਿਲਾਫ ਲੜਾਈ ਵਿੱਚ ਸਾਡੇ ਡਾਕਟਰਾਂ ਤੇ ਵਿਗਿਆਨਕਾਂ ਨੇ ਬਹੁਤ ਘੱਟ ਸਮੇਂ ਵਿੱਚ ਅਸਧਾਰਨ ਕੰਮ ਕੀਤਾ ਹੈ। ਮੋਦੀ ਨੇ ਕਿਹਾ ਕਿ ਮੈਂ ਉਹਨਾਂ ਸਾਰੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਵਾਉਣ ਦੀ ਅਪੀਲ ਕਰਦਾ ਜੋ ਇਸ ਦੇ ਯੋਗ ਨੇ। ਆਓ ਅਸੀਂ ਸਭ ਰਲ ਮਿਲ ਕੇ ਭਾਰਤ ਨੂੰ ਕੋਵਿਡ-19 ਮੁਕਤ ਬਣਾਈਏ।
केंद्रीय सेहत मंत्री डॉक्टर हर्षवर्धन ने प्रधानमंत्री मोदी की सराहना की है कोरोना का टीका लगाने के लिए। उन्होंने कहा कि मैं शुरू तो कह रहा है कि जितों तक इम्यूनोजेनेसिटी का संबंध है दोनों टीके सुरक्षित ने। असं प्रधानमंत्री नरेंद्र मोदी के शुक्रगुजार हाँ। उन्होंने हमेशा कहा है कि तुहानू मिसाल पेश करके अगवाई करनी चाहिए है। जो 60 साल तो उपर के लोगों का टीकाकरण शुरू होया तो सब तो पहला प्रधानमंत्री ने ही टीका लगवाया है। उन्होंने कोवैक्सीन ली है जिसके खिलाफ विज्ञानिक रूप तो सटीक होने के बावजूद काफ़ी दुष्प्रचार किया गया। मैं लगता है कि प्रधानमंत्री ने देश को स्पष्ट संदेश दे दिता है तो हुण हर तरह का दुष्प्रचार है जिहड़ा वह खत्म होना चाहिए। इस मौके बीजेपी पार्टी ने यह भी दस्या है कि बीजेपी के सारे विधायक सांसद अते मंत्री या फिर जेडे भी लीडर हैगे ने वो सारे अगले एक हफ्ते विच कोरोना का टीका लवाउणगे पर वो पैसे दे के टीका लवाउणगे। हालांकि 60 साल तो वध उम्र के व्यक्ति 45 साल तो वध उम्र के वह व्यक्ति जेडे गंभीर बीमारियों तो पीड़ित ने उन्होंने सरकारी हस्पतालों में मुफ्त टीका लगेगा पर बीजेपी के सारे जेडे लीडर हैगे ने वह पैसे दे के टीका लवाउणगे। 1 मार्च को पूरे भारत के जिवें ही कोरोना के टीके का दूसरा पड़ा शुरू होया तो हरियाणा के सेहत मंत्री अनिल विज ने कहा कि मैं हाले कोरोना के टीके की कोई लोड़ नहीं है, मैं लगवा भी नहीं सकता। ट्वीट करके दसिया कि मैं जी पहला ट्रायल वैक्सीन लगवाई सी उसके कारण मेरी एंटीबॉडी 300 बनी हुई है जी कि बहुत ज्यादा, इस करके मैं टीका लगवा नहीं सकता। उधर प्रधानमंत्री नरेंद्र मोदी जो भी कोई बयान देंगे ने तो राहुल गांधी उस बयान के उत्ते प्रतिक्रम जरूर देंगे ने। प्रधानमंत्री नरेंद्र मोदी ने हुण कहा कि खेती उत्पादन लगातार बढ़ रहा है इसलिए 21वीं सदी दौरान भारत में फूड प्रोसैसिंग के खेत्र के क्रांति लियाने की लोड़ है। एक वैबिनार को संबोधन करदिया प्रधानमंत्री नरेंद्र मोदी ने खेती खेत्र में बजट में अमली रूप देने नाल संबंधित विचार पेश किए। मोदी ने कहा कि यह काम जेकर 2 दहाके पहला हुंदा तो बहुत ज़्यादा वधिया होना सी। उन्होंने कहा कि सानू खेतीबाड़ी नाल जुड़े हरेक खेत्र दे विच हरेक अनाज फल सब्जियां मच्छी पालन सारियां विच प्रोसैसिंग दे उत्ते खास ध्यान देना पवेगा इसलिए पिंड दे नेड़े ही लोगों नू अनाज स्टोर करन दी सहूलत देनी चाहिए है। खेतों तो प्रोसैसिंग यूनिट तक पहुँचने के इंतजाम सुधारने पैणगे। उन्होंने कहा कि खेती खेत्र का प्रोसैसड फूड के विश्व बाजार के विस्तार करन दी लोड़ है। पिंड दे कोल ही खेती उद्योग कलस्टर की गिनती भी वधाउणी पवेगी तां जो पिंड दे लोगों नू पिंड नेड़े ही खेती नाल जुड़े रुजगार के मौके मिल सकन। दूजे पासे कांग्रेस लीडर राहुल गांधी ने कहा कि देश के प्रधानमंत्री नू अपने आप नू टीवी उत्ते देखने की आदत है। राहुल गांधी कन्याकुमारी दे विच एक रोड शो दौरान संबोधन कर रहे थे। उन्होंने कहा कि तमिलनाडु टीवी दे रिमोट वांग है जो चैनल बदल सकते हैं। उन्होंने दोष लाया कि मुख्यमंत्री भ्रिष्ट है, मोदी के कोल CBI ते ED है, सानू नरेंद्र मोदी ते RSS दा तमिल भाषा संस्कृति ते इतिहास नू दरड़ना ते उसका निरादन करना मंजूर नहीं है। सानू RSS दा अपने देश दे लोकां नू वंडना भी स्वीकार नहीं है। SBI ने होम लोन की व्याज दर नू घटा दिता है, देशवासियों दे लई वड्डी खबर है। मुल्क दे सब तो वड्डे बैंक स्टेट बैंक ऑफ इंडिया ने होम लोन की व्याज दर 10 बेसिस पॉइंट घटाउंदिआं 6.70% करन दा ऐलान कर दिता है। नवी व्याज दर कर्जे की राशि ते कर्जा लैण वाले दे सिबल ते आधारित होएगी यानी कि CIBIL दे उत्ते आधारित होएगी ते इस योजना दा लाभ 31 मार्च 2021 तक उपलब्ध रहेगा। बैंक दे डिप्टी मैनेजिंग डायरेक्टर सलोनी नारायण ने कहा कि असीं इस तिहारी सीजन खास करके होली दा लाभ चुकना चाहुंदे हां, कर्जे ते कोई भी प्रोसैसिंग फीस नहीं लई जाएगी। उत्तर प्रदेश के गोरखपुर जिले दे विच पहली तो 5वीं जमात तक प्रायमरी स्कूल मुड़ खुल गए ने। विद्यार्थियों के स्वागत लई जिले की रावत पाठशाला नूं सजाया गया, आरती करके विद्यार्थियों का स्वागत भी किया गया। बुलेटिन दे विच कुछ खास खास खबरां पूरी दुनिया दीआं। म्यांमार तो पहला खबर है जिथे फौजी राज पलटे दे खिलाफ मुड़ लोक सड़कां दे उत्ते उतरे ने। कल पुलिस दी गोलीबारी दे विच घट्टो घट 18 लोकां दे मारे जाण दी खबर मिली सी ते आंग सान सूची पहली वारी राज पलटे तो बाद वीडियो कॉन्फ्रेंस राहीं अदालत दे विच पेश हुई है, यानी कि आंग सान सूची नूं वीडियो कॉन्फ्रेंस दे राहीं उसदे वकीलां ने पहली वार देखिया है तख्ता पलटन तो बाद। ऐतवार नूं पुलिस बलां ने जिवें ही प्रदर्शनकारियों के उत्ते फायरिंग की 18 आम नागरिकां दी मौत हुई। उस तो बाद सोमवार नूं म्यांमार दे सब तो वड्डे शहर यांगोन दे विच फौजी राज दे पलटे दे विरोध दे विच प्रदर्शनकारी मुड़ सड़कां ते उतरे। प्रदर्शनकारियों नूं खिंडाउण लई पुलिस ने फिर अथरू गैस दे गोले दागे। प्रदर्शनकारी शहर दे विच लेदान सेंटर चौराहे ते इकट्ठे होण दी कोशिश कर रहे सी कि पुलिस ने उन्हां नूं उत्थों हटाउणा शुरू कर दिता ते इस दरमियान ये भी खबर मिली कि
राजधानी नेपीता दे विच अहुदे तों लांबे कीती गई मुल्क दी आगू आंग सान सूची वीडियो कॉन्फ्रेंस राहीं अदालत दे विच पेश हुई उस खिलाफ कथित तौर ते अशांति फैलाउण दा दोष आयद कीता गया है। इस तों इलावा सूची ते दो होर दोष भी लगे ने। सूची दे वकीलां ने दस्सिया कि सूची नूं इक वीडियो लिंक राहीं अदालत विच पेश कीता गया, हालांकि उन्हां दी सेहत चंगी दिखाई दे रही सी ते उसने अपने वकीलां नूं देखण दी मंग कीती सी। सीनियर डिप्लोमैट मनप्रीत वोरा नूं ऑस्ट्रेलिया दे विच भारत दा नवां हाई कमिश्नर नियुक्त कीता गया है। विदेश मंत्रालय ने यह जानकारी 1 मार्च नूं जारी की है। वोरा 1988 बैच के IFS अधिकारी ने जो हाल की घड़ी मैक्सीको दे विच भारत के राजदूत ने, उन्होंने छेती कामकाज सांभण की उम्मीद है। भारत अते चीन दरमियान जारी सरहदी तनाव दे विचाले चीन सरकार नाल जुड़े हैकरां दे एक समूह ने मालवेयर जरिए भारत दे बिजली ग्रिड नूं निशाना बनाया सी। एक अमरीकी कंपनी ने अपने ताज़ा सर्वे दे विच शक जताया, खदशा प्रगटाया कि लंघे साल मुंबई विच वड्डे इलाके दी बिजली गुल होना ऑनलाइन घुसपैठ का ही नतीजा सी। मैसेच्यूट्स आधारित कंपनी रिकॉर्डेड फ्यूचर, जो वख-वख मुल्कां वल्लों इंटरनेट की वरतों करन दा अध्ययन करदी है, उसने हाल की अपनी रिपोर्ट विच चीन आधारित रैड ईको हैकर ग्रुप के वलों भारतीय ऊर्जा खेत्र नूं निशाना बनाए जाने लई चलाई मुहिम का वेरवा दिता है। इसका पता वड्डे पद्धर से ऑटोमैटिक नैटवर्क ट्रैफिक विश्लेषण अते माहिर विश्लेषण दे नाल लग्या है। 12 अक्टूबर नूं मुंबई दे विच इक ग्रिड फेल हो गया सी। वड्डे इलाके दी बिजली गुल हो गई सी, जिस कारण रेल गड्डियां तक रुक गईयां सी ते बिजली बहाल होण विच 2 घंटियां दा समां लग्या सी, जिस नूं देखदिआं मुख्यमंत्री ने घटना दी जांच दे हुकम दित्ते सी। हाल दी कड़ी अमरीकी कंपनी दे इस अध्ययन बारे भारत सरकार दा कोई जवाब हालांकि हले तक नहीं आया, पर चीनी विदेश मंत्रालय दे बुलारे वांग वैनबिन ने भारतीय बिजली ग्रिड दी हैकिंग विच चीन दी शमूलियत दे खदशे दी आलोचना करदिआं इस नूं गैर जिम्मेवाराना ते गैर इरादतन ते बिना सबूतां दी कारवाई दस्सिया है। रूस तो एक खबर है जिथे फौजी हैलीकॉप्टर दे विच तकनीकी नुक्स आउण कारण अज इस नूं हंगामी हालत दे विच उत्तर पूर्वी सीरिया दे विच उतारिया गया। रूस दे विदेश मंत्रालय ने इसकी जानकारी दी। सीरिया दे सरकारी मीडिया मुताबिक इस दौरान जहाज दे अमले दा जानी नुकसान होया। एक घटना उत्तर पूर्वी हस्सा के सूबे दे तेल तमर पिंड नेड़े वापरी। इस दौरान हैलीकॉप्टर अमले दा एक मैंबर मारिया गया ते बाकी जख्मी हो गए। रूस दे विदेश मंत्रालय मुताबिक रूसी MI-35 हैलीकॉप्टर दे विच तकनीकी नुक्स कारण इस नूं हंगामी हालत दे विच उतारना पिया। जहाज हमले मुताबिक हैलीकॉप्टर ते गोलीबारी आदि वर्गी कोई घटना नहीं वापरी है। स्पैशल न्यूज़ बुलेटिन देखने वाले सारे दर्शकों का धन्यवाद।